ਅਕਾਲ ਖਾਲਸਾ ਦਲ ਦੇ ਮੁੱਖ ਸੇਵਾਦਾਰ ਮਹਾਂਵੀਰ ਸਿੰਘ ਸੁਲਤਾਨਵਿੰਡ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਉਠਾਏ ਸਵਾਲ। ਮਾਮਲਾ ਅੰਮ੍ਰਿਤਸਰ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਦਾ। ਅਕਾਲ ਖਾਲਸਾ ਦਲ ਨੇ ਵੱਡੇ ਪੱਧਰ 'ਤੇ ਕੀਤੀ ਇਸ ਘਟਨਾ ਦੀ ਨਿੰਦਿਆ। ਮੈਂ ਜਥੇਦਾਰ ਮਹਾਂਵੀਰ ਸਿੰਘ ਸੁਲਤਾਨਵਿੰਡ, ਪ੍ਰਧਾਨ ਅਕਾਲ ਖਾਲਸਾ ਦਲ, ਕੁਝ ਪੰਜਾਬ ਵਾਸੀਆਂ ਨਾਲ ਕੁਝ ਮੁੱਦੇ 'ਤੇ ਸਾਂਝ ਪਾਉਣੀ ਚਾਹੁੰਦਾ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਇਸ ਵਿਸ਼ੇ 'ਤੇ ਗੱਲ ਕਰਨੀ ਚਾਹੁੰਦਾ ਕਿ ਥਾਣਾ ਕੋਟ ਖਾਲਸਾ ਦੇ ਵਿੱਚ ਅਧੀਨ ਇਲਾਕਾ ਆਦਰਸ਼ ਨਗਰ ਜੋ ਅੰਮ੍ਰਿਤਸਰ ਦੇ ਵਿੱਚ ਪੈਂਦਾ ਹੈ, ਜੋ ਉੱਥੇ ਬੇਅਦਬੀ ਹੋਈ ਹੈ, ਗੁਟਕਾ ਸਾਹਿਬ ਅਤੇ ਪੋਥੀ ਸਾਹਿਬ ਦੀ ਬੇਅਦਬੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਅਖਬਾਰਾਂ ਦੇ ਵਿੱਚ ਵੀ ਤੁਸੀਂ ਅੱਜ ਸਾਰਿਆਂ ਨੇ ਪੜ੍ਹਿਆ ਵਾ ਕਿ ਗੁਟਕਾ ਸਾਹਿਬ ਅਤੇ ਪੋਥੀ ਸਾਹਿਬ ਨੂੰ ਬੋਰੀ ਦੇ ਵਿੱਚ ਪਾ ਕੇ ਕੂੜੇ ਵਾਲੀ ਗੱਡੀ ਦੇ ਵਿੱਚ ਜਿਹੜਾ ਪਰਿਵਾਰ ਵੱਲੋਂ ਸੁੱਟ ਦਿੱਤਾ ਗਿਆ, ਅਤੇ ਜਦੋਂ ਉਹ ਗੱਡੀ ਭਰਾੜੀਵਾਲ ਡੰਪ 'ਤੇ ਵਿੱਚ ਪਹੁੰਚੀ, ਉੱਥੇ ਕੂੜਾ ਸੁੱਟਿਆ ਗਿਆ, ਤਾਂ ਗੁਟਕਾ ਸਾਹਿਬ ਅਤੇ ਪੋਥੀ ਸਾਹਿਬ ਨੂੰ ਵੇਖ ਕੇ ਰਾਹੀਗੀਰਾਂ ਵੱਲੋਂ ਇਸ ਘਟਨਾ ਦੀ ਸੂਚਨਾ ਵਧੀਕ ਮੈਨੇਜਰ ਦਰਬਾਰ ਸਾਹਿਬ ਰਜਿੰਦਰ ਸਿੰਘ ਰੂਬੀ ਨੂੰ ਦਿੱਤੀ। ਜਾਂਚ ਦੌਰਾਨ ਪਤਾ ਲੱਗਾ ਕਿ ਇਹ ਮੰਗਲ ਸਿੰਘ ਪੁੱਤਰ ਚਰਨ ਸਿੰਘ ਅਤੇ ਉਸਦੇ ਦੋ ਪੁੱਤਰ ਤਜਿੰਦਰ ਸਿੰਘ ਅਤੇ ਪਰਮਿੰਦਰ ਸਿੰਘ ਅਤੇ ਜਵਾਈ ਸਾਬਕਾ ਫੌਜੀ ਨਿਸ਼ਾਨ ਸਿੰਘ ਜੋ ਪੇਂਟ ਦਾ ਕੰਮ ਕਰਦਾ ਹੈ ਉਸ ਨੂੰ ਗ੍ਰਿਫਤਾਰ ਕਰਕੇ ਖਿਲਾਫ ਮੁਕੱਦਮਾ ਨੰਬਰ 198 ਧਾਰਾ 295A 34 IPS ਦਰਜ ਕਰ ਲਿਆ ਗਿਆ ਹੈ। ਕਿਉਂਕਿ ਇਹ ਵੀ ਪਤਾ ਲੱਗਾ ਹੈ ਕਿ ਬੇਅਦਬੀ ਕਰਨ ਵਾਲਿਆਂ ਦੇ ਦੋਸ਼ੀਆਂ ਦੇ ਵਿੱਚ ਇੱਕ ਲੜਕਾ ਨਿਸ਼ਾਨਪ੍ਰੀਤ ਸਿੰਘ ਨਾਂ ਦਾ ਵਿਅਕਤੀ ਵੀ ਸ਼ਾਮਲ ਹੈ, ਜੋ ਕਿ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਸੇਵਾਦਾਰ ਹੈ ਅਤੇ ਉਹ ਇਸ ਵੇਲੇ ਗੁਰਦੁਆਰਾ ਪਿਪਲੀ ਸਾਹਿਬ ਵਿਖੇ ਤੈਨਾਤ ਹੈ। ਇਸ ਕਰਕੇ ਇਸ ਜਿਹੜਾ ਪਰਿਵਾਰ ਸ਼੍ਰੋਮਣੀ ਕਮੇਟੀ ਦੇ ਵਿੱਚ, ਮੈਂ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੌਂਗੋਵਾਲ ਸਾਹਿਬ ਨੂੰ, ਵੀ ਜਿਹੜਾ ਇੱਕ ਸ਼੍ਰੋਮਣੀ ਕਮੇਟੀ ਦੇ ਵਿੱਚ ਮੁਲਾਜ਼ਮ ਹੋਵੇ ਪਰਿਵਾਰ ਅਤੇ ਸਾਰਾ ਆਪਣਾ ਪਰਿਵਾਰ ਪਾਲਦਾ ਹੋਵੇ ਉੱਥੋਂ ਤਨਖਾਹ ਲੈ ਕੇ, ਅਤੇ ਉਸ ਪਰਿਵਾਰ ਵੱਲੋਂ ਜਿਹੜੀਆਂ ਪੋਥੀਆਂ ਜਿਹੜੀਆਂ ਵਾ ਬੋਰੀ ਦੇ ਵਿੱਚ ਪਾ ਕੇ ਗੁਟਕਾ ਸਾਹਿਬ ਦੀ ਬੇਅਦਬੀ ਕਰਨੀ, ਕੂੜੇ ਦੇ ਉੱਤੇ ਸੁੱਟਣਾ, ਇਸ ਤੋਂ ਅਸੀਂ ਪਹਿਲਾਂ ਤਾਂ ਇਸ ਘਟਨਾ ਦੀ ਪੁਰਜ਼ੋਰ ਦੇ ਵਿੱਚ ਨਿੰਦਾ ਕਰਦੇ ਹਾਂ ਕਿ ਇਹ ਬਹੁਤ ਹੀ ਮਾੜੀ ਘਟਨਾ ਜਿਹੜੀ ਆ ਇਹ ਵਾਪਰੀ ਆ, ਕਿਉਂਕਿ ਇਹ ਬਹੁਤ ਹੀ ਨਿੰਦਣਯੋਗ ਹੈ। ਜਿੰਨੀ ਵੀ ਨਿੰਦਾ ਕੀਤੀ ਜਾਵੇ ਉਨੀ ਥੋੜ੍ਹੀ ਹੈ। ਦੂਜਾ ਇਹ ਗੱਲ ਆ ਵੀ ਪ੍ਰਧਾਨ ਸ਼੍ਰੋਮਣੀ ਕਮੇਟੀ ਅਤੇ ਜੋ ਵੀ ਇਹ ਇਹਨਾਂ ਦੇ ਪ੍ਰਚਾਰ ਅਤੇ ਪਸਾਰ ਦੀ ਗੱਲ ਲੱਗਦੀ ਆ, ਮੈਨੂੰ ਇਹ ਜਾਪਦਾ ਨਹੀਂ। ਜੇਕਰ ਇਹਨਾਂ ਦੇ ਵਿੱਚ ਪ੍ਰਚਾਰ ਅਤੇ ਪਸਾਰ ਹੋਵੇ ਅਤੇ ਇੱਕ ਮੁਲਾਜ਼ਮ ਵੱਲੋਂ ਪੋਥੀਆਂ ਜਿਹੜੀਆਂ ਵਾ ਉਹ ਗੱਡੀ ਦੇ ਵਿੱਚ ਜਿਹੜੀਆਂ ਸੁੱਟ ਕੇ ਅਤੇ ਕੂੜੇ ਵਾਲੇ ਡੰਪ 'ਤੇ ਸੁੱਟੀਆਂ ਜਾਣ, ਅਤੇ ਬੇਅਦਬੀ ਜਿਹੜੀ ਕਰਨੀ ਆ ਗੁਰਬਾਣੀ ਦੀ, ਮੈਂ ਕਹਿੰਦਾ ਅਤ ਨਿੰਦਣਯੋਗ ਹੈ। ਅਤੇ ਇਸ ਕਰਕੇ ਮੈਂ ਪ੍ਰਧਾਨ ਸਾਹਿਬ ਨੂੰ ਇਹ ਬੇਨਤੀ ਕਰਦਾ ਵਾਂ, ਜੇਕਰ ਤੁਹਾਡਾ ਏਡਾ ਹੀ ਪ੍ਰਚਾਰ ਪ੍ਰਸਾਰ ਆ ਅਤੇ ਫਿਰ ਇਹ ਜਿਹੜੇ ਮੁਲਾਜ਼ਮ ਆ ਇਹ ਸਭ ਕੁਝ ਜਾਣਦੇ ਹੋਏ ਵੀ ਏਡੀ ਕਤਾਈ ਕਰ ਰਹੇ ਆ, ਮੈਨੂੰ ਕੁਝ ਭਰੋਸੇਯੋਗ ਵਸੀਲਿਆਂ ਤੋਂ ਵੀ ਪਤਾ ਲੱਗਾ ਵਾ ਕਿ ਇਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਈਸਾਈ ਮਤ ਨੂੰ ਮੰਨਣ ਲੱਗ ਪਿਆ ਵਾ, ਅਤੇ ਈਸਾਈ ਮਤ ਵੱਲੋਂ ਪਾਸਟਰ ਵੱਲੋਂ ਇਹ ਕਿਹਾ ਗਿਆ ਵੀ ਆਪਣੇ ਘਰ ਦੇ ਵਿੱਚੋਂ ਜੋ ਵੀ ਚੀਜ਼ਾਂ ਵਾਂ ਗੁਰਬਾਣੀ ਦੀਆਂ ਜੋ ਗੁਟਕੇ ਆ ਇਹਨਾਂ ਨੂੰ ਸੁੱਟ ਦਿੱਤਾ ਜਾਵੇ। ਮੈਂ ਕਹਿੰਦਾ ਵਾਂ ਵੀ ਜੇਕਰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹੀ ਇਹ ਗੱਲਾਂ ਕਰਨ ਲੱਗ ਪਏ ਤਾਂ ਆਪਾਂ ਦੂਜਿਆਂ ਨੂੰ ਕੀ ਕਹਾਂਗੇ? ਦੀਵੇ ਥੱਲੇ ਹੀ ਹਨੇਰਾ ਵਾ ਅਤੇ ਆਪਾਂ ਦੂਜਿਆਂ ਨੂੰ ਕਿਸ ਤਰ੍ਹਾਂ ਰੋਕ ਸਕਦੇ ਹਾਂ? ਮਤਲਬ ਇਹ ਇੱਕ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਤਨਖਾਹ ਲਵੇ, ਸ਼੍ਰੋਮਣੀ ਕਮੇਟੀ ਦੇ ਅਸੂਲਾਂ ਨੂੰ ਸਮਝਦਾ ਹੋਵੇ ਅਤੇ ਉਹਦਾ ਪਰਿਵਾਰ ਜਿਹੜਾ ਇਹੋ ਜਿਹੀ ਘਟੀਆ ਜਿਹੜੀ ਆ ਕਾਰਵਾਈ ਕਰੇ, ਅਤੇ ਮੈਂ ਕਹਿੰਦਾ ਬਹੁਤ ਹੀ ਨਿੰਦਣਯੋਗ ਵਾਲੀ ਗੱਲ ਆ। ਚਲੋ ਵਧੀਆ ਗੱਲ ਆ, ਮੈਂ ਇਹ ਵੀ ਇੱਕ ਸ਼ਲਾਘਾਯੋਗ SGPC ਦਾ ਕਦਮ ਆ ਵੀ ਜਿਨ੍ਹਾਂ ਨੇ ਮੌਕੇ 'ਤੇ ਤੁਰੰਤ ਕਾਰਵਾਈ ਕਰਕੇ ਉਹਨਾਂ ਦੇ ਪਰਚਾ ਜਿਹੜਾ ਦਰਜ ਕਰ ਦਿੱਤਾ ਗਿਆ ਵਾ। ਅਤੇ ਮੈਂ ਜਿਹੜਾ ਨਿਸ਼ਾਨਪ੍ਰੀਤ ਸਿੰਘ ਆ ਸ਼੍ਰੋਮਣੀ ਕਮੇਟੀ ਵਿੱਚ ਮੁਲਾਜ਼ਮ,
इनू भी जिहड़ा घर भेजना चाहीदा वा। तो इस करके आने वाले समय के मुलाजमान पता लगे भी जेकर असी खाने गुरु का वा तो असी मनते किस चीज़ नूं जे असी गुरु की बेअदबी करनी आ ते जेड़े ये मुलाजम एहोजिया लोगों नू मेरे वीर SGPC भर्ती कराउंदे आ उन्हां नू भी ये वेखना चाहीदा वा भी इन्हां दा किरदार की इन्हां लोगों का जिन्हां नू असी SGPC दे विच भर्ती कराउंदे आ गुरु का खा के सारा कुछ करके परिवार पाल के पेट पाल के ये लोग फिर जिहड़ा वा मन्नण दे दूजे पासे आ ते गुरु की बेअदबी करते आ एहो जी घटना जिहड़ी है बहुत ही घटिया जिहड़ी आ मानसिक तौर दे उत्ते ये परिवार ने जिहड़ी कीती आ इस दी अत शब्दां दे विच मैं बहुत ही निंदा करदा वा कि मैं एक लौंगोवाल प्रधान साहब नूं वी ये गल कहिंदा वा भी इहो जी परिवारां दी भी स्क्रीनिंग करनी चाहीदी आ कि ये जिहड़े मुलाजम आ इन्हां दे परिवार गुरसिख हन कि ये गुरु नूं मन्नदे हन इन्हां कोल जिहड़ा वा ਪਹਿਲੋਂ ਤੁਸੀਂ ਇਸ ਚੀਜ਼ ਨੂੰ ਪਰਫਾਰਮਾ ਵੀ ਭਰਾਓ ਇਹਨਾਂ ਦੇ ਕੋਲੋਂ ਵੀ ਅਸੀਂ ਗੁਰੂ ਤੋਂ ਸਿਵਾਏ ਕਿਸੇ ਨੂੰ ਨਹੀਂ ਮੰਨਦੇ ਅਸੀਂ ਇਹੋ ਜਿਹੀ ਕੋਈ ਵੀ ਕਿਸੇ ਪਾਸੇ ਕਿਸੇ ਨੂੰ ਨਹੀਂ ਮੰਨਦੇ ਅਸੀਂ ਸਿਰਫ ਆਪਣੇ ਗੁਰੂ ਦੇ ਵਿੱਚ ਹੀ ਟੁੱਟ ਵਿਸ਼ਵਾਸ ਰੱਖਦੇ ਹਾਂ ਬਾਕੀ ਇਹ ਘਟਨਾ ਜਿਹੜੀ ਹੈ ਬਹੁਤ ਹੀ ਨਿੰਦਣਯੋਗ ਆ ਮੈਂ ਪੁਰ ਸ਼ਬਦਾਂ ਵਿੱਚ ਇਸ ਦੀ ਘਟਨਾ ਦੀ ਨਿੰਦਾ ਕਰਦਾ ਵਾਂ ਅਕਾਲ ਖਾਲਸਾ ਦਲ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।